ਸਵਦੇਸ਼ ਦੇ ਵਿੱਚ ਇਸ ਵੇਲੇ ਕੋਰੋਨਾ ਵਾਇਰਸ ਫੈਲਿਆ ਹੋਇਆ ਹੈ ਤੇ ਦੁਨੀਆ ਭਰ ਦੇ ਵਿੱਚ ਵੀ 27,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ। ਦੇਸ਼ ਦੇ ਵਿੱਚ 14 ਅਪ੍ਰੈਲ ਤੱਕ ਲੋਕਡਾਊਨ ਹੈ, ਪਰ ਕੀ ਲੋਕਡਾਊਨ ਦੇ ਨਾਲ ਹੱਲ ਹੋ ਜਾਵੇਗਾ ਤੇ ਦੇਸ਼ ਦੀਆਂ ਸਿਹਤ ਸੁਵਿਧਾਵਾਂ, ਪੰਜਾਬ ਦੀਆਂ ਸਿਹਤ ਸੁਵਿਧਾਵਾਂ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਕਿੰਨੀਆਂ ਕੁ ਕਾਰਗਰ ਸਾਬਤ ਹੋ ਰਹੀਆਂ ਨੇ, ਇਸੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਚੀਫ ਐਡੀਟਰ ਰਾਜਦੀਪ ਬੈਨੀਪਾਲ ਸਾਡੇ ਨਾਲ ਨੇ। ਬੈਨੀਪਾਲ ਜੀ, ਸਵਾਗਤ ਹੈ ਤੁਹਾਡਾ। ਹਾਂਜੀ, ਜਿਸ ਤਰੀਕੇ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਦੇਸ਼ ਦੁਨੀਆ ਦੇ ਵਿੱਚ ਇਸ ਵੇਲੇ ਕੋਰੋਨਾ ਵਾਇਰਸ ਦੀ ਦਹਿਸ਼ਤ ਹੈ, ਕਿੰਨਾ ਕੁ ਤਿਆਰ ਹਾਂ ਅਸੀਂ, ਸਾਡਾ ਸਿਸਟਮ ਕਿੰਨਾ ਕੁ ਤਿਆਰ ਹੈ ਕੋਰੋਨਾ ਵਾਇਰਸ ਨਾਲ ਨਿਪਟਣ ਦੇ ਲਈ? ਦੇਖੋ ਰਣਵੀਰ, ਜਿਹੜਾ ਲੋਕਡਾਊਨ ਇਹਨਾਂ ਨੇ ਕੀਤਾ ਹੈਗਾ, ਉਸ ਟ੍ਰੈਨਿੰਗ ਦਾ ਪਹਿਲਾ ਸਟੈਪ ਇਹਨਾਂ ਨੇ ਲੋਕਡਾਊਨ ਕੀਤਾ ਜਿਹੜਾ ਹੈਗਾ, ਉਹ ਇਸ ਲਈ ਕੀਤਾ ਗਿਆ ਸੀਗਾ, ਪਰ ਇਹ ਬਹੁਤ ਲੇਟ ਨੇ ਇਹਨਾਂ। ਦੇਖੋ 26 ਫਰਵਰੀ ਨੂੰ WHO ਨੇ ਕਹਿਤਾ ਸੀਗਾ ਵੀ ਇਹ ਬੜੀ ਭਿਅੰਕਰ ਬਿਮਾਰੀ ਹੈ, ਤੇ ਦੁਨੀਆ ਭਰ 'ਚ ਇਹਨਾਂ ਨੇ ਅਨਾਊਂਸ ਕਰਤੀ ਸੀਗੀ। ਜਿਹੜੇ ਸਕਸ਼ਮ ਦੇਸ਼ ਸੀ, ਜਪਾਨ ਸੀਗਾ, ਤਾਇਵਾਨ ਸੀਗਾ, ਹੋਰ ਸੀਗਾ, ਸਾਊਥ ਕੋਰੀਆ ਸੀਗਾ, ਇਹਨਾਂ ਨੇ ਉਸ ਦਿਨ ਤੋਂ ਤਿਆਰੀ ਸ਼ੁਰੂ ਕਰਤੀ, ਉਸ ਦਿਨ ਤੋਂ ਵੀ ਅਸੀਂ ਕਿਸ ਤਰ੍ਹਾਂ ਸਿਸਟਮ ਕਰਨਾ ਹੈਗਾ। ਅਸੀਂ ਸ਼ਾਇਦ ਟਰੰਪ ਦੀ ਜ਼ਿਆਦਾ ਬਿਜ਼ੀ ਹੋ ਗਏ, ਅਸੀਂ ਤਾਂ ਬਿਮਾਰੀ ਵੱਲ ਸੋਚਿਆ ਨਹੀਂ ਕਿਸੇ ਨੇ, ਸਾਰਾ ਅਸੀਂ 2 ਮਹੀਨੇ ਇਸੇ ਤਰ੍ਹਾਂ ਖਰਾਬ ਕਰਦੇ, ਕੋਈ ਤਿਆਰੀ ਨਹੀਂ ਕੀਤੀ। ਹੁਣ ਦੇਖੋ ਲੋਕਡਾਊਨ ਕੀਤਾ ਹੈਗਾ, ਹੱਲ ਇਹੀ ਸੀ ਇਹਨਾਂ ਕੋਲ, ਪਰ ਉਹਦਾ ਇੱਕ ਦੋਨੋਂ ਆਸਪੈਕਟ ਨੇ, ਇੱਕ ਪੋਜ਼ਿਟਿਵ ਵੀ ਆ ਤੇ ਇੱਕ ਨੈਗੇਟਿਵ ਵੀ ਆ। ਪੋਜ਼ਿਟਿਵ ਇਹ ਵੀ ਚਲੋ ਲੋਕਾਂ ਦੇ ਵਿੱਚ ਜਿਹੜਾ ਹੈਗਾ ਅੱਗੇ ਇਹ ਟ੍ਰਾਂਸਫਰ ਨਹੀਂ ਹੋਊਗਾ ਇਹ ਵਾਇਰਸ ਅੱਗੇ ਲੋਕਾਂ 'ਚ, ਠੀਕ ਹੈ ਜੀ। ਤੇ ਨੈਗੇਟਿਵ ਇਹ ਹੈਗਾ ਵੀ ਦੇਖੋ ਕਿੰਨੇ ਕਰੋੜਾਂ ਲੋਕ ਫਸਿਆ ਰਹਿ ਗਿਆ, ਕੋਈ ਬੰਬੇ ਫਸਿਆ ਰਹਿ ਗਿਆ, ਕੋਈ ਅਹਿਮਦਾਬਾਦ ਫਸਿਆ ਰਹਿ ਗਿਆ, ਕੋਈ ਦਿੱਲੀ ਫਸਿਆ ਹੋਇਆ, ਕੋਈ ਕਿੱਥੇ ਫਸਿਆ ਹੋਇਆ, ਲੋਕ ਕੋਈ ਰਸਤੇ 'ਚ ਟਰੈਵਲ ਕਰ ਰਹੇ ਸੀ, ਕੁਛ ਕਰ ਰਿਹਾ ਸੀਗਾ, ਸਾਰੇ ਲੋਕ ਫਸ ਗਏ। ਉਹ ਲੋਕ ਇਕੱਠੇ ਹੋ ਰਹੇ ਦੁਬਾਰਾ ਫਿਰ, ਠੀਕ ਹੈ ਨਾ ਜੀ। ਬੰਬੇ ਦੀ ਫੋਟੋ ਦੇਖ ਲਓ, ਰਾਜਸਥਾਨ ਦੀ ਫੋਟੋ ਦੇਖ ਲਓ, ਕਿੰਨੇ ਕਿੰਨਾ ਹਜ਼ਾਰ ਜਾਂ 2,000 5,000 ਬੰਦਾ ਇਕੱਠਾ ਹੋਇਆ ਹੈ, ਠੀਕ ਹੈ। ਬਿਲਕੁਲ, ਦਿੱਲੀ ਦਾ ਅਸੀਂ ਬਾਰਡਰ ਦੀਆਂ ਫੋਟੋਆਂ ਦੇਖੀਆਂ ਨੇ, ਦੇਖ ਰਹੇ ਹੋ ਨਾ, ਉਹ ਹੁਣ ਤੁਸੀਂ ਲੋਕਡਾਊਨ ਤਾਂ ਕਰ ਲਿਆ ਤੇ ਇਹ ਮਲਟੀਪਲਾਈ ਹੋ ਜਾਣਾ, ਜੇ ਜੇ ਕੋਈ ਬੰਦਾ ਕੋਈ ਇਹਦੇ ਵਿੱਚ ਇਹਨਾਂ ਵਿੱਚ ਵਾਇਰਸ ਹੈ ਕਿਸੇ ਬੰਦੇ ਦੇ ਵਿੱਚ ਜੀ, ਠੀਕ ਹੈ, ਕੋਰੋਨਾ ਪੋਜ਼ਿਟਿਵ ਹੈ ਇਹਨਾਂ ਬੰਦਿਆਂ ਦੇ ਵਿੱਚ, ਤਾਂ ਦੇਖੋ ਕਿੰਨੇ ਪਰਸਨ ਮਲਟੀਪਲਾਈ ਹੋਣਾ ਹੈਗਾ ਜੀ ਉਹ ਲੋਕਾਂ ਦੇ ਵਿੱਚ। ਤੇ ਮੇਨ ਜਿਹੜਾ ਡਰ ਸਾਡਾ ਇਹ ਹੈਗਾ ਵੀ ਜੇ ਗਰੀਬ ਲੋਕਾਂ 'ਚ ਸਪੈਡ ਜ਼ਿਆਦਾ ਹੋ ਰਿਹਾ ਹੈਗਾ, ਜੇ ਕੱਲ੍ਹ ਨੂੰ ਇਹਨਾਂ ਕੋਲ ਉਹ ਜਿਹਾ ਸਾਧਨ ਨਹੀਂ ਹੈਗੇ, ਮੈਡੀਕਲ ਸਾਧਨ ਨਹੀਂ ਸਾਡੇ ਦੇਸ਼ ਕੋਲ ਹੈਗੇ, ਤੇ ਇਹ ਲੋਕਾਂ ਨੇ ਬਾਹਰ ਆ ਜਾਣਾ, ਕਿਤੇ ਨਾ ਕਿਤੇ ਅਨਰੈਸਟ ਨਾ ਹੋ ਜਾਏ ਦੇਸ਼ ਦੇ ਵਿੱਚ, ਬਹੁਤ ਵੱਡਾ ਇਹਨਾਂ ਨੂੰ ਆਉਣ ਵਾਲਾ ਦਿਨਾਂ ਦੇ ਵਿੱਚ ਇਹ ਚੀਜ਼। ਪਰ ਜਦੋਂ ਅਸੀਂ ਹੋਰ ਕੰਟਰੀਜ਼ ਦੇ ਨਾਲ ਕੰਪੈਰੀਜ਼ਨ ਦੇਖਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਠੀਕ ਲੱਗਦਾ ਕਿ ਸਾਨੂੰ ਸਾਡਾ ਡਾਟਾ ਜਿਹੜਾ ਜਿਵੇਂ 20 ਮੌਤਾਂ ਜਾਂ 900 ਕੇਸ ਉਨੇ ਨਹੀਂ ਜਿਵੇਂ ਅਮਰੀਕਾ 'ਚ ਵੱਧ ਰਹੇ ਨੇ, ਬਹੁਤ ਜ਼ਿਆਦਾ ਵੱਧ ਰਹੇ ਨੇ ਉੱਥੇ। ਇਸੇ ਤਰ੍ਹਾਂ ਨਾ ਪਹਿਲਾਂ ਇਟਲੀ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ, ਅਮਰੀਕਾ ਨੂੰ ਇਸੇ ਤਰ੍ਹਾਂ ਲੱਗ ਰਿਹਾ ਸੀਗਾ, ਅਮਰੀਕਾ 'ਚ ਦੇਖ ਲਓ ਇਕੱਲੇ ਨਿਊਯਾਰਕ 'ਚ 45,000 ਬੰਦਾ ਜੀ, ਠੀਕ ਹੈ ਜੀ, ਤੇ ਲੱਖ ਪਲੱਸ ਹੋ ਗਿਆ ਉੱਥੇ ਬੰਦਾ ਅਮਰੀਕਾ ਦੇ ਵਿੱਚ ਜੀ। ਤੇ ਹੁਣ ਉਹਦਾ ਹੁਣ ਰੀਜ਼ਨ ਇਹ ਸੀ ਵੀ ਉੱਥੋਂ ਓਕੇ, ਇੱਕ ਤਾਂ ਇਟਾਲੀਅਨ ਬਹੁਤ ਬੈਠਾ ਅਮਰੀਕਾ ਦੇ ਵਿੱਚ, ਨਿਊਯਾਰਕ ਦੇ ਵਿੱਚ ਜੀ, ਠੀਕ ਹੈ, ਉਹ ਉੱਥੋਂ ਇਹਨਾਂ ਨੇ ਜਦੋਂ ਕੋਰੋਨਾ ਫੈਲਿਆ ਇਹਨਾਂ ਨੇ ਟੂਰ ਪੈਕੇਜ ਸਸਤੇ ਕਰਕੇ ਸਾਰੇ ਇਟਲੀ ਘੁੰਮਣ ਚਲੇ ਗਏ, ਯੂਰਪ ਵਾਪਸ ਆਏ ਉੱਥੇ ਆ ਕੇ ਉੱਥੇ ਫੈਲਿਆ, ਤੇ ਮੈਕਸੀਮਮ ਲੋਕ ਗਰੁੱਪ ਹਾਊਸਿੰਗ 'ਚ ਰਹਿ ਰਹੇ ਸੀਗੇ, ਲਿਫਟ ਤੋਂ ਉੱਪਰ ਕਿਸੇ ਨੂੰ ਪਤਾ ਨਹੀਂ ਲੱਗਿਆ, ਲਿਫਟਾਂ ਦੇ ਉੱਪਰ ਫੈਲ ਗਿਆ ਸਾਰੇ ਉੱਥੇ, ਨਿਊਯਾਰਕ 'ਚ ਇਕੱਲਾ 45,000 ਬੰਦਾ ਹੈਗਾ ਜੀ। ਪਰ ਜਿਵੇਂ ਜਿਵੇਂ ਰਾਜਦੀਪ ਜੀ, ਜਿਵੇਂ ਅੱਜ ਚੰਡੀਗੜ੍ਹ ਦੇ ਵਿੱਚ ਢਿੱਲ ਦਿੱਤੀ ਗਈ, ਸਵੇਰੇ 10 ਵਜੇ ਤੋਂ 6 ਵਜੇ ਤੱਕ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਖੋਲੀਆਂ ਗਈਆਂ, ਹਾਲਾਂਕਿ ਪਟੀਸ਼ਨ ਵੀ ਦਾਇਰ ਕੀਤੀ ਗਈ ਉਸ ਦੇ ਖਿਲਾਫ, ਜਾਂ ਜਿਵੇਂ ਅਸੀਂ ਸਬਜ਼ੀਆਂ ਮੰਡੀਆਂ ਦੇ ਵਿੱਚ ਪੰਜਾਬ ਦੇ ਵਿੱਚ ਘੱਟ ਦੇਖ ਰਹੇ ਹਾਂ, ਕੀ ਇਹ ਘਾਤਕ ਹੋ ਸਕਦਾ? ਦੇਖੋ ਮੈਂ ਇਸ ਨੂੰ ਮੈਂ ਦੂਸਰੇ ਆਸਪੈਕਟ ਨੂੰ ਸੋਚਦਾ। ਦੇਖੋ ਤੁਸੀਂ ਇੱਕ ਬੰਦੇ ਨੂੰ ਵਾਇਰਸ ਹੈ, ਪੀੜਤ ਹੈ ਇਸ ਵਾਇਰਸ ਤੋਂ, ਹੈ ਨਾ ਜੀ, ਤੁਸੀਂ ਸਾਰੇ ਬੰਦੇ ਇੱਕ ਜਗ੍ਹਾ ਇਕੱਠੇ ਕਰ ਰਹੇ ਹੋ ਸਵੇਰੇ ਜੀ, ਠੀਕ ਹੈ, ਜਿਹੜਾ ਬੰਦਾ ਇਸ ਪੀੜਤ ਨਹੀਂ ਉਹ ਨਾਲ ਉਹ ਵਾਇਰਸ ਲੈ ਕੇ ਦੁਬਾਰਾ ਵਾਪਸ ਜਾ ਰਿਹਾ, ਹੁਣ ਮਤਲਬ ਸਪੈਸੀਫਿਕ 2 ਘੰਟੇ ਦਾ ਟਾਈਮ ਆ, ਉਸੇ ਟਾਈਮ 'ਚ ਜਿਹੜਾ ਬੰਦਾ ਪੀੜਤ ਉਹਨੇ ਵੀ ਆਉਣਾ, ਜਿਹੜਾ ਨਹੀਂ ਹੈਗਾ ਉਹਨੇ ਵੀ ਆਉਣਾ, ਠੀਕ ਹੈ ਨਾ, ਦੋ ਬੰਦੇ ਇੱਕ ਤਾਂ ਇਕੱਠੇ ਹੋ ਰਹੇ ਨੇ, ਤੇ ਮੈਨੂੰ ਬਹੁਤ ਇਹ ਘਾਤਕ ਲੱਗ ਰਹੀ ਹੈ ਚੀਜ਼ ਵਿੱਚ, ਕਿਤੇ ਰਸ਼ ਹੋ ਜਾਂਦਾ ਹੈਗਾ, ਤੇ ਜਿਹੜੇ ਲੋਕ ਨਹੀਂ ਵੀ ਇਸ ਚੀਜ਼ ਤੋਂ ਪੀੜਤ ਹੈਗੇ ਜੀ, ਠੀਕ ਹੈ ਨਾ, ਇਸ ਵਾਇਰਸ ਤੋਂ, ਤੇ ਉਹ ਵੀ ਮੇਰੇ ਖਿਆਲ 'ਚ ਇਹ ਵਾਇਰਸ ਉਹਨਾਂ ਨੂੰ ਅੱਗੇ ਖਰਾਬ ਕਰ ਸਕਦਾ, ਉਹਨਾਂ 'ਚ ਵੀ ਟ੍ਰਾਂਸਫਰ ਹੋ ਸਕਦਾ ਹੈਗਾ। ਪਰ ਜ਼ਰੂਰੀ ਸਮਾਨ ਦੀਆਂ ਸਮਾਨ ਜਿਹੜਾ ਨਹੀਂ ਮਿਲ ਰਿਹਾ, ਫਿਰ ਸਬਜ਼ੀਆਂ ਦੀ ਸਪਲਾਈ ਹੋਣੀ ਹੈ, ਥੋੜਾ ਲੋਕਾਂ ਨੂੰ ਵੀ ਨਾ, ਥੋੜਾ ਲੋਕਾਂ ਨੂੰ ਵੀ ਹੁਣ ਦੇਖੋ ਇਹਨੂੰ ਐਮਰਜੈਂਸੀ ਸਮਝਣਾ ਚਾਹੀਦਾ, ਪਬਲਿਕ ਨੂੰ ਇਹਨੂੰ ਐਮਰਜੈਂਸੀ ਸਮਝਣਾ ਚਾਹੀਦਾ ਜੀ। ਲੋਕੀ ਤਾਂ ਕਹਿੰਦੇ ਸਾਨੂੰ ਬਿਸਕੁਟ ਵੀ ਚਾਹੀਦੇ ਆ, ਸਾਨੂੰ ਰਸ ਵੀ ਚਾਹੀਦੇ ਆ, ਸਾਨੂੰ ਪੈਟੀਜ਼ ਵੀ ਚਾਹੀਦੀਆਂ ਨੇ, ਚੋਕਲੇਟ ਚਾਹੀਦੀਆਂ ਨੇ, ਚਿਪਸ ਚਾਹੀਦੇ ਨੇ, ਇਸ ਤਰ੍ਹਾਂ ਥੋੜੀ ਇਹ ਐਮਰਜੈਂਸੀ ਹੈ ਦੇਸ਼ ਦੀ, ਲੋਕ ਸਮਝਦੇ ਨਹੀਂ ਪਏ, ਲਾਈਟਲੀ ਲੈ ਰਹੇ ਲੋਕ, ਮੇਰੀ ਗੱਲ ਯਾਦ ਰੱਖੇ, ਲਾਈਟਲੀ ਲੈ ਰਹੇ ਨੇ, ਬਾਅਦ 'ਚ ਕਿਸੇ ਨੇ ਬਾਹਰ ਨਿਕਲਣਾ ਹੈਗਾ, ਜਦੋਂ ਇਹਨੇ ਵਿਗੜ ਜਾਣਾ ਮੈਡੀਕਲ ਸਾਧਨ ਸਰਕਾਰਾਂ ਨਹੀਂ ਕੀਤੇ ਹੈਗੇ, ਪਰ ਹੁਣ ਇਹ ਚੀਜ਼ ਵਿਚਾਰਨ ਦਾ ਟਾਈਮ ਨਹੀਂ ਹੈਗਾ ਵੀ ਕੀਤੇ ਕਿ ਨਹੀਂ ਕੀਤੇ ਹੈਗੇ, ਹੁਣ ਤਾਂ ਇਹ ਵੀ ਇਸ ਵਿਪਤਾ ਚੋਂ ਬਾਹਰ ਕਿਵੇਂ ਆਉਣਾ ਹੈਗਾ, ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਆਉਣਾ ਪੈਣਾ, ਹਰੇਕ ਦਾ ਵਿਅਕਤੀਗਤ ਤੌਰ ਦੇ ਉੱਪਰ ਫਰਜ਼ ਬਣਦਾ ਹੈਗਾ, ਉਹ ਸਮਝੇ ਪੋਜੀਸ਼ਨ ਕੀ ਐਮਰਜੈਂਸੀ, ਮਤਲਬ ਐਮਰਜੈਂਸੀ ਸਮਝੇ।
ਜੀ ਉਹ ਤੁਹਾਡੇ ਦੁੱਧ ਲੈਣ ਚਲੇ ਜਾਂਦੇ ਤੁਸੀਂ ਲਾ ਪੀਓ 10 ਦਿਨ ਦੁੱਧ ਕੀ ਫਰਕ ਪੈਂਦਾ ਹੈਗਾ ਜੀ ਸਮਝੋ ਨਾ ਨਜ਼ਾਕਤ ਸਮਝੋ ਸਮੇਂ ਦੀ ਨਜ਼ਾਕਤ ਕੀ ਹੈਗੀ ਇਸ ਟਾਈਮ ਦੀ ਜੀ ਤੇ ਵੈਂਟੀਲੇਟਰਾਂ ਦੀ ਪੰਜਾਬ ਦੇ ਵਿੱਚ ਜਦੋਂ ਅਸੀਂ ਗਿਣਤੀ ਦੇਖਦੇ ਹਾਂ ਤਾਂ ਬਹੁਤ ਘੱਟ ਹੈਗੀ ਆ ਬੈੱਡ ਬਹੁਤ ਘੱਟ ਨੇ ਜੀ ਤੁਸੀਂ ਹੁਣ ਆਪਣੇ ਪੂਰੇ ਹਿੰਦੁਸਤਾਨ ਦੀ ਆਪਾਂ ਗੱਲ ਕਰਦੇ ਹਾਂ ਜੀ ਹਿੰਦੁਸਤਾਨ ਦੇ ਵਿੱਚ ਇਸ ਟਾਈਮ 1 ਲੱਖ ਦੇ ਲਗਭਗ ਕੋਈ ਵੈਂਟੀਲੇਟਰ ਹੈਗਾ ਜੀ ਜੀ ਸਿਰਫ ਠੀਕ ਹੈ ਹਾਂਜੀ 1 ਲੱਖ ਦੇ ਲਗਭਗ ਵੈਂਟੀਲੇਟਰ 35,000 ਹੈਗਾ ਇੱਥੇ ਹੋਸਪਿਟਲ ਜੀ ਹਿੰਦੁਸਤਾਨ ਦੇ ਵਿੱਚ ਜੀ ਟੋਟਲ ਜਿਹੜਾ ਪ੍ਰਾਈਵੇਟ ਤੇ ਗੌਰਮੈਂਟ ਹੋਸਪਿਟਲ ਲਾ ਕੇ ਜੀ ਜੀ ਤੇ ਹੁਣ ਉਹਦੇ ਚ ਮਤਲਬ 35 ਲੱਖ ਉਹਦੇ 13 ਕੁ ਲੱਖ ਬੈੱਡ ਹੈਗਾ 13 ਲੱਖ 76,000 ਦੇ ਲਗਭਗ ਜੋ ਸਰਕਾਰੀ ਅੰਕੜੇ ਹੈਗੇ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਹੁਣ ਸਾਡੀ ਪਾਪੂਲੇਸ਼ਨ ਹੈਗੀ 132 ਕਰੋੜ ਦੀ ਬਿਲਕੁਲ ਜੇ 5% ਬੰਦਾ ਵੀ ਇਸ ਚੀਜ਼ ਤੋਂ ਪੀੜਿਤ ਹੋ ਜਾਵੇ ਮੈਂ ਬਹੁਤ ਮਤਲਬ ਜ਼ਿਆਦਾ ਕਹਿ ਰਿਹਾ 5% ਵੀ ਜ਼ਿਆਦਾ ਹੋ ਤਾਂ ਦੇਖੋ ਕਿੰਨੇ ਲੱਖ ਬੰਦਾ ਹੋ ਗਿਆ ਜੀ ਵੈਂਟੀਲੇਟਰ 1 ਲੱਖ ਹੈ ਉਹਦੇ ਚ ਹੋਰ ਐਮਰਜੈਂਸੀ ਵੀ ਆਉਣੀ ਹੈ ਨਾ ਬਾਕੀ ਪੇਸ਼ੈਂਟ ਤਾਂ ਹੈਗੇ ਨਾ ਰੈਗੂਲਰ ਪੇਸ਼ੈਂਟ ਸ਼ੂਗਰ ਜੀ ਜੀ ਪਹਿਲਾਂ ਹੀ ਹਸਪੀਟਲ ਤੋਂ ਭਰੇ ਹੋਏ ਨੇ ਭਰੇ ਹੋਏ ਨੇ ਮਤਲਬ ਇਹਦਾ ਓਵਰਆਲ ਜੇ ਦੇਖਿਆ ਜਾਵੇ ਤਾਂ ਬਹੁਤ ਮਾੜੇ ਹਾਲਾਤ ਨੇ ਜੋ ਮੈਨੂੰ ਲੱਗਦਾ ਪਿਆ ਸਰਕਾਰ ਪ੍ਰਬੰਧ ਕਰ ਰਹੀ ਹੈ ਹੁਣ ਇਹਨਾਂ ਕੋਲ 1 ਲੱਖ ਕਿੱਟ ਆਈ ਹੈ ਜੀ ਟੈਸਟ ਵਾਸਤੇ 34 ਲੱਖ ਹੋਰ ਆਉਣੀ ਹੈ ਸਰਕਾਰ ਕੋਲ ਕਿੱਟਸ ਆਉਣਗੀਆਂ ਤਾਂ ਟੈਸਟ ਵਧਣਗੇ ਤਾਂ ਕੇਸ ਵੀ ਵਧਣੇ ਨਾਲ ਹੋਗੇ ਬਿਲਕੁਲ ਹਾਲੇ ਤਾਂ ਜਾਂਚ ਵੀ ਨਹੀਂ ਹੋ ਰਹੀ ਉਨੀ ਜਿੰਨੀ ਹੋਣੀ ਚਾਹੀਦੀ ਹੈ ਹਾਂ ਹੁਣ ਤਾਂ 40,000 ਵੈਂਟੀਲੇਟਰ ਨੇ ਉਹਨਾਂ ਨੇ ਆਰਡਰ ਕੀਤਾ ਇਹਨਾਂ ਨੂੰ ਵਿਦਿਨ ਵੀਕ ਜਾਂ 10 ਡੇਜ਼ ਆ ਜਾਣਗੇ ਸਰਕਾਰ ਕੋਲ ਜੀ ਜੀ 30,000 ਤੇ ਮੈਂ ਪੰਜਾਬ 'ਚ ਦੇਖ ਰਿਹਾ ਸੀ ਸਿਰਫ 397 ਦਾ ਡਾਟਾ ਸਾਹਮਣੇ ਆਇਆ ਹੈ ਵੈਂਟੀਲੇਟਰਸ ਦਾ ਪੰਜਾਬ ਦੇ ਵਿੱਚ ਵੀ ਬਹੁਤ ਘੱਟ ਨੇ ਪੰਜਾਬ ਬਹੁਤ ਘੱਟ ਨੇ ਬਹੁਤ ਘੱਟ ਹੈ ਪੰਜਾਬ ਦੇ ਵਿੱਚ ਵੈਂਟੀਲੇਟਰ ਡਾਟਾ ਤੇ ਬਹੁਤ ਵੱਡੀ ਗੱਲ ਇਹ ਹੈ ਜੀ ਦੇਖੋ ਤੁਸੀਂ ਪਹਿਲੀਆਂ ਫਸਟ ਸਟੇਟਸ ਕਿਹੜੀ ਜਾ ਰਹੀ ਹੈ ਮਹਾਰਾਸ਼ਟਰ ਕੇਰਲਾ ਜਾ ਰਹੀ ਹੈ ਨਾ ਜੀ 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 ਉੱਥੇ ਜਿੱਥੇ ਸਭ ਤੋਂ ਜ਼ਿਆਦਾ ਪ੍ਰਵਾਸੀ ਲੋਕ ਰਹਿੰਦੇ ਸੀ ਜਾਂ ਪ੍ਰਵਾਸੀ ਲੋਕਾਂ ਨੇ ਜਿੱਥੇ ਵਿਜ਼ਿਟ ਕੀਤਾ ਉਹ ਸੂਬੇ ਹੀ ਮਤਲਬ ਉੱਥੇ ਪ੍ਰੋਬਲਮ ਆਈ ਹੈਗੀ ਉੱਥੇ ਉੱਥੇ ਮੁਸ਼ਕਲਾਂ ਆਈਆਂ ਨੇ ਹੁਣ ਪੰਜਾਬ ਦਾ ਜੇ ਡਾਟਾ ਦੇਖੋ ਪੰਜਾਬ 'ਚ ਟੈਸਟ ਨਹੀਂ ਹੋ ਰਹੇ ਜੀ ਸਾਡੇ ਪੰਜਾਬ 700 ਦੇ ਲਗਭਗ 750 ਦੇ ਲਗਭਗ ਹੋਇਆ ਹੋਊਗਾ 700 ਦੀ ਮੁਸ਼ਕਲ ਕੁਛ ਗਿਣਤੀ ਹੈਗੀ ਪੰਜਾਬ 'ਚ ਨਾ ਜੀ ਇੱਥੇ 35-36 ਕੇਸ ਆ ਗਏ ਮਹਾਰਾਸ਼ਟਰ ਦੇ ਸੋਰੀ ਮਹਾਰਾਸ਼ਟਰ ਤੇ ਕੇਰਲਾ ਦੀ ਐਵਰੇਜ ਕੱਢੋ ਉੱਥੇ ਟੈਸਟ ਹੋਏ ਜ਼ਿਆਦਾ 2000 ਟੈਸਟ ਨਾਲ ਐਵਰੇਜ ਕੱਢ ਲਓ ਪੰਜਾਬ ਕੇਰਲਾ ਤੇ ਮਹਾਰਾਸ਼ਟਰ ਬਰਾਬਰ ਹੋਣਗੇ ਤਿੰਨੇ ਸਟੇਟਾਂ ਆਪਣੇ ਹਜੇ ਟੈਸਟ ਘੱਟ ਹੋਣ ਕਰਕੇ ਉਹਨੇ ਪੋਜ਼ਿਟਿਵ ਨਹੀਂ ਪਤਾ ਲੱਗੇ ਹੈਗੇ ਜਾਂਚ ਜਿਸ ਚ ਟੈਸਟ ਘੱਟ ਹੋਏ ਨੇ ਪੰਜਾਬ ਹਰਿਆਣਾ ਤੇ ਤਿੰਨੇ ਸਟੇਟਾਂ ਦੇ ਕੇਰਲਾ ਦੇ ਹਾਲਾਤ ਖੁਬ ਬਹੁਤ ਵਧੀਆ ਨਹੀਂ ਮੈਨੂੰ ਲੱਗਦੇ ਪਏ ਠੀਕ ਹੈ ਜੀ ਜਾਂਚ ਦੇ ਵਿੱਚ ਅਪੀਲ ਕੀ ਹੈਗੀ ਹੈ ਜੀ ਕੀ ਕਿਵੇਂ ਹੁਣ ਆਪਾਂ ਨਿਪਟੀਏ ਕਿਵੇਂ ਲੋਕ ਕੀ ਕੁਝ ਕਰ ਸਕਦੇ ਨੇ ਇਸ ਦੇ ਵਿੱਚ ਸਰਕਾਰਾਂ ਕੀ ਕੁਝ ਕਰ ਸਕਦੀਆਂ ਨੇ ਦੇਖੋ ਲੋਕਾਂ ਨੂੰ ਇਹਦੇ ਚ ਸਰਕਾਰ ਦਾ ਸਹਿਯੋਗ ਕਰਨਾ ਪੈਣਾ ਜੀ ਸਭ ਤੋਂ ਪਹਿਲੀ ਗੱਲ ਇਹ ਆ ਤੁਸੀਂ ਕੱਲ ਦੇ ਅੰਕੜੇ ਦੇਖ ਲਓ ਪੂਰੇ ਭਾਰਤ ਦੇ ਵਿੱਚ ਜੀ ਕੱਲ 26 ਮਾਰਚ ਨੂੰ ਜਿਹੜਾ ਅੰਕੜਾ ਸਰਕਾਰ ਦਾ ਆਇਆ 88 ਕੇਸ ਨਵੇਂ ਆਏ ਸੀਗੇ ਟੋਟਲ 717 ਕੇਸ ਸੀ ਕੱਲ 120 ਕੇਸ ਆਏ ਨੇ 860 ਕੇਸ ਹੋ ਗਏ ਹੁਣ ਇਸ ਟਾਈਮ 900 ਕੇਸ ਪਲੱਸ ਹੋ ਗਿਆ ਸ਼ਾਮ ਤੱਕ ਡਾਟਾ ਆ ਜਾਣਾ ਮੇਰੇ ਖਿਆਲ ਅਜੇ 950 ਨੂੰ ਹੱਥ ਲਾ ਜਾਣਗੇ ਤੇਜ਼ੀ ਫੜ ਲਈ ਹੈ ਬਹੁਤ ਜ਼ਿਆਦਾ ਲੋਕਾਂ ਨੂੰ ਸਮਝਣਾ ਪੈਣਾ ਹੈਗਾ ਕੋਈ ਅਮੈਰੀਕਾ ਕੈਨੇਡਾ ਤਾਂ ਹੈ ਨੀ ਅੱਜ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਅਨਾਊਂਸ ਕਰਤਾ ਸਵੇਰੇ ਜੀ ਵੀ $40,000 ਤੱਕ ਦਾ ਲੋਨ ਦਵਾਂਗੇ ਅਸੀਂ ਜੀ ਠੀਕ ਹੈ ਜੀ ਹਰੇਕ ਫੈਡਰਲ ਗਵਰਨਮੈਂਟ ਦੀ ਗਰੰਟੀ ਤੇ ਜੀ ਵਿਦਆਊਟ ਇੰਟਰਸਟ ਠੀਕ ਹੈ ਤੇ ਹਰੇਕ ਇੰਪਲੋਈ ਦੀ ਸੈਲਰੀ ਦਾ 75% ਸਰਕਾਰ ਦਊਗੀ ਜੀ ਚਾਹੇ ਉਹ ਪ੍ਰਾਈਵੇਟ ਸੈਕਟਰ ਹੈ ਚਾਹੇ ਕੋਈ ਪ੍ਰਾਈਵੇਟ ਸੈਕਟਰ ਕੈਨੇਡਾ ਦੇ ਵਿੱਚ ਉੱਥੇ ਤੱਕ ਸਰਕਾਰਾਂ ਵੀ ਆਰਥਿਕ ਸਪੋਰਟ ਕਰ ਰਹੀਆਂ ਨੇ ਜੀ ਸਾਡੇ ਕੋਲ ਇਹੋ ਜਿਹਾ ਕੁਛ ਨਹੀਂ ਹੈਗਾ ਬਿਲਕੁਲ ਸਾਨੂੰ ਸਮਝਣਾ ਪੈਣਾ ਸਾਨੂੰ ਆਪਣੇ ਦੇਸ਼ ਦੇ ਹਾਲਾਤਾਂ ਦੇ ਹਿਸਾਬ ਨਾਲ ਸਾਨੂੰ ਸਾਰੀ ਪਲੈਨਿੰਗ ਕਰਨੀ ਪੈਣੀ ਹੈ ਕਿਉਂਕਿ ਅਸੀਂ ਆਲਰੇਡੀ ਬਹੁਤ ਲੇਟ ਹਾਂ ਜੀ ਬਹੁਤ ਲੇਟ ਇਹ ਸਟਾਰਟ ਕੀਤਾ ਕੰਮ ਜੀ ਤੇ ਲੋਕਾਂ ਨੂੰ ਸਮਝਣਾ ਚਾਹੀਦਾ ਹੈਗਾ ਤੇ ਬਾਕੀ ਇਹਨਾਂ ਨੂੰ ਵੀ ਸਭ ਦੇਖੋ ਹੁਣ ਇੱਥੇ ਕਾਲਾਬਾਜ਼ਾਰੀ ਹੋ ਰਹੀ ਹੈ ਜੀ ਰਣਵੀਰ ਜੀ 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 ਕਰਿਆਨੇ 'ਚ ਦੇਖ ਲਓ ਜੀ ਠੀਕ ਹੈ ਨਾ ਜਿਵੇਂ ਬਾਕੀ ਦੇਸ਼ਾਂ 'ਚ ਕੀ ਕੀਤਾ ਉਹਨਾਂ ਨੇ ਜਿਹੜੇ ਬਾਕੀ ਦੇ ਹੋਰ ਸਾਧਨ ਸੀ ਨਾ ਜਿਵੇਂ ਫਰਾਂਸ ਦੇ ਵਿੱਚ ਸੀਗਾ ਜੀ ਸਾਊਥ ਕੋਰੀਆ ਹੈਗੀ ਜਿਹੜਾ ਟੈਲੀਫੋਨ ਬੂਥ ਸੀ ਨਾ ਉੱਥੇ ਉਹਨਾਂ ਟੈਸਟਿੰਗ ਸੈਂਟਰ ਬਣਾਉਂਦੇ ਜੀ ਫਰਾਂਸ ਦੀ ਸਭ ਤੋਂ ਵੱਡੀ ਜਿਹੜੀ ਪਰਫਿਊਮ ਦੀ ਕੰਪਨੀ ਆ ਉਹਨੂੰ ਸੈਨੇਟਾਈਜ਼ਰ ਬਣਾਉਣ ਤੇ ਲਾਤਾ ਬਿਲਕੁਲ ਸਾਡੇ ਨਾਲ ਤਾਂ ਸੈਨੇਟਾਈਜ਼ਰ ਮਿਲਦਾ ਪਿਆ ਠੀਕ ਹੈ ਨਾ ਮਾਸਕ ਮਿਲਦਾ ਪਿਆ ਉਹਦੀ ਕਾਲਾਬਾਜ਼ਾਰੀ ਹੋ ਰਹੀ ਹੈ ਬਿਲਕੁਲ ਸਾਨੂੰ ਪੂਰੇ ਪੰਜਾਬ ਭਰ ਤੋਂ ਖਬਰਾਂ ਇਸ ਤਰ੍ਹਾਂ ਦੀ ਆ ਰਹੀ ਨੇ ਕਿ 80-80 ਰੁਪਏ ਕਿਲੋ ਦਾ ਟਮਾਟਰ ਵਿਕ ਰਹੇ ਨੇ ਜੀ ਉਹ ਸਾਡਾ ਕਾਗਜ਼ੀ ਕੰਮ ਹੈਗਾ ਜੋ ਸਰਕਾਰ ਦਾਅਵੇ ਕਰ ਰਹੀ ਹੈ ਜੋ ਡੇਟ ਦਈ ਹੈ ਵੀ ਆਹ ਰੇਟ ਤੇ ਆਹ ਸਮਾਨ ਮਿਲੂਗਾ ਕੁਝ ਨਹੀਂ ਮਿਲਦਾ ਪਿਆ ਨਾ ਸਬਜ਼ੀਆਂ ਭਾਅ ਮਿਲਦੀਆਂ ਪਈਆਂ ਨੇ ਨਾ ਦੁਕਾਨਾਂ ਵਾਲੇ ਅਗਰ ਪ੍ਰੋਵਾਈਡ ਕਰਵਾ ਰਹੇ ਨੇ ਜੀ ਅਗਰ ਘਰ ਰਾਸ਼ਨ ਠੀਕ ਹੈ ਨਾ ਸਰਕਾਰਾਂ ਠੀਕ ਕਰਨਗੀਆਂ ਪਰ ਮੈਨੂੰ ਇਹ ਲੱਗਦਾ ਸਰਕਾਰ ਨੂੰ ਜਾਂ ਤੁਹਾਨੂੰ ਆਪ ਕਰਨਾ ਪੈਣਾ ਮੈਂ ਵਾਰ ਵਾਰ ਇਹ ਕਹਿ ਰਿਹਾ ਤੁਹਾਡਾ ਕੋਈ ਡਿਵੈਲਪ ਕੰਟਰੀ ਨਹੀਂ ਹੈਗਾ ਹੈ ਸਰਕਾਰਾਂ ਜ਼ਿੰਮੇਵਾਰ ਨੇ ਇੱਥੇ ਤੁਹਾਨੂੰ ਆਪਣਾ ਬਚਾਅ ਆਪ ਕਰਨਾ ਪੈਣਾ ਲੋਕਾਂ ਨੂੰ ਅਪੀਲ ਹੈ ਸਾਡੇ ਅਦਾਰੇ ਵੱਲੋਂ ਮੇਰੇ ਵੱਲੋਂ ਜੀ ਪਲੀਜ਼ ਤੁਸੀਂ
ਇਹਨੂੰ ਐਮਰਜੈਂਸੀ ਸਮਝੋ, ਇਹਨੂੰ ਮਜ਼ਾਕ ਨਾ ਸਮਝੋ ਜੀ। 10 ਤਰੀਕ ਤੋਂ ਬਾਅਦ ਜੇ ਘੱਟ ਹੋ ਗਿਆ ਮੈਂ ਫਿਰ ਸਾਨੂੰ ਸਾਨੂੰ ਇਹ ਅਪੀਲ ਕਰਨ ਦੀ ਲੋੜ ਨਹੀਂ ਪੈਂਦੀ, ਤੁਸੀਂ ਆਪ ਨਹੀਂ ਨਿਕਲਣਾ ਬਾਹਰ। ਬਿਲਕੁਲ, ਇਹਨੂੰ ਮਜ਼ਾਕ ਨਾ ਸਮਝੋ, ਇਹ ਰਿਕੁਐਸਟ ਸਾਡੀ ਸਾਰਿਆਂ ਨੂੰ। ਬਹੁਤ ਧੰਨਵਾਦ ਰਾਜਦੀਪ ਬੈਨੀਪਾਲ ਜੀ ਗੱਲਬਾਤ ਕਰਨ ਦੇ ਲਈ। ਸੋ ਸਾਡੇ ਨਾਲ ਸਾਡੇ ਚੀਫ ਐਡੀਟਰ ਰਾਜਦੀਪ ਬੈਨੀਪਾਲ ਜੀ ਜੁੜੇ ਹੋਏ ਸਨ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜੇਕਰ ਅਸੀਂ ਨਾ ਸਮਝੇ ਤਾਂ ਘਾਤਕ ਹੋ ਸਕਦੇ, ਤਾਂ ਸਾਨੂੰ ਸਮਝਣਾ ਪਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਥੋੜਾ ਜਿਹਾ। ਰਣਵੀਰ ਜੀ ਮੈਂ ਇੱਕ ਗੱਲ ਹੋਰ ਤੁਹਾਨੂੰ ਕਹਿਣਾ ਚਾਹੂੰਗਾ ਜੀ, ਜਾਣਦੇ ਜੀ ਸਾਡੇ ਪਹਿਲਾਂ 1918 ਚ ਸਪੈਨਿਸ਼ ਵਾਇਰਸ ਆਇਆ ਸੀ, ਇਸੇ ਤਰ੍ਹਾਂ ਦਾ ਸਪੈਨਿਸ਼ ਫਲੂ ਕਹਿੰਦੇ ਸੀ ਉਹਨੂੰ ਜੀ, ਠੀਕ ਹੈ। ਉਦੋਂ ਸਾਡੇ 1.8 ਕਰੋੜ ਬੰਦਾ ਮਰਿਆ ਦੇਸ਼ ਜੀ, ਤਾਂ ਸਾਡੀ ਆਬਾਦੀ ਕਿੰਨੀ ਘੱਟ ਸੀਗੀ। ਬਿਲਕੁਲ, ਬਹੁਤ ਹੀ ਸਥਿਤੀ ਉਸ ਤਰ੍ਹਾਂ ਅੱਜ ਵੀ ਸਥਿਤੀ ਹੈਗੀ ਹੈ ਸਾਡੀ ਦੇਸ਼ ਦੀ ਜੀ, ਸਾਨੂੰ ਲੋਕਾਂ ਨੂੰ ਸਮਝਣਾ ਚਾਹੀਦਾ ਜੀ, ਤੇ ਇਹ ਸਾਵਧਾਨੀ ਵਰਤਣੀ ਚਾਹੀਦੀ ਹੈ ਜੀ। ਬਹੁਤ ਧੰਨਵਾਦ। ਸੋ ਸਾਵਧਾਨੀ ਵਰਤਣੀ ਪਵੇਗੀ, ਸਾਨੂੰ ਸਮਝਣਾ ਪਵੇਗਾ, ਤਾਂ ਹੀ ਅਸੀਂ ਕੋਰੋਨਾ ਵਾਇਰਸ ਦੇ ਨਾਲ ਲੜਾਈ ਦੇ ਵਿੱਚ ਜਿੱਤ ਸਕਦੇ ਹਾਂ। ਫਿਲਹਾਲ ਇਸ ਪੇਸ਼ਕਸ਼ ਚੈਨਲ ਹੀ, ਸਾਨੂੰ ਇਜਾਜ਼ਤ, ਧੰਨਵਾਦ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤਾਂ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।